ज्यों बुलावे हैं त्यों बोले हैं स्वामी, कुदरत कवन हमारी ही, साध संग नानक जस गायो, जो प्रभ की अत प्यारी। परम सम्मान योग साहिब सतगुरु सहबतन गुरु ग्रंथ साहिब सचे पातशाह जी की पावन पवित्र हजूरी अंदर सुभाईमान गुरु रूप गुरु प्यारी साध संगत जीओ, तनता दे योग हो जो कि सतगुरां की हजूरी अंदर बैठ करके जीवन के कुछ कु पलों समय को सफला करन दा एक यतन उपराला करते पे हो। बड़े प्यार नाल आप जी ने रबी बाणी का कीर्तन सरवण किया है, सो आओ समा होया है जपजी साहब की लड़ीवार कथा विचार का जितना कुछ समा मिलिया शब्द विचार दे नाल जुड़न का यतन करिए। विचार की आरंभता तो पहला बख्शो असीस पाओ गुरु फतेह नाल सांझ, प्यार दे नाल आखो जी वाहिगुरु जी का खालसा वाहिगुरु जी की फतेह। हुण तक आपने भी पौड़ियां दी विचार कर ली सी, आज जो अगली पौड़ी है 21वीं पौड़ी इंदी आपां विचार करांगे। सो आओ विचार दी रमता तो पहला इस पौड़ी दे पाठ दे नाल जुड़िए। धन वाहिगुरु साहिब जीओ, तीर्थ तप दया दत्त दान, जे को पावै तिलका मान, सुनिया मनिया मन कीता पहाओ, अंतरगत तीर्थ मल नहाओ, सब गुण तेरे मैं नाही कोई, विण गुण कीते भगत न होए, स्वस्थ आथ बाणी ब्रह्माओ, सत सुहान सदा मन चाओ, कवन सो वेला वक्त कवन, कवन थित कवन वार, कवन सिरुती महाकवन, जित होआ आकार, वेल ना पाईया पंडती, जे होवै लेख पुराण, वक्त ना पायो कादिया, जे लिखन लेख कुरान, थित वार ना जोगी जाने, रुत महा ना कोई, जा करता सृठी को साजे, आपे जाने सोई, किव करे आखा किव सालाही, क्यों वरनी किव जाना, नानक आखन सबको आखै, एक दो एक सियाणा, वड्डा साहिब वड्डी नाई, कीता जाका हुवै, नानक जे को आप हो जाने, अगै गया ना सोहै। सतगुरां ने 21वीं पौड़ी दे अंदर तीन चार नुक्ते खास तौर पर बयान किए ने। पहला नुक्ता है भी धर्म दे विच जिहड़ा समर्पण है वह पूरी तरह होना चाहिए है। फिर रब की रचना की गल की, गुणा की गल की है। सो पहला जिहड़ा नुक्ता है, दो शब्द ने संघर्ष ते समर्पण। दुनिया के अंदर जेकर कोई अचीवमेंट करनी है तो उन्हें वास्ते संघर्ष का होना बड़ा जरूरी है।
ਸਟਰਗਲ, ਕਮਿਟਮੈਂਟ, ਇਹਨਾਂ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ, ਤਾਂ ਬੰਦਾ ਕੋਈ ਅਚੀਵਮੈਂਟ ਕਰਦਾ ਹੈ। ਪਰ ਧਰਮ ਦੇ ਵਿੱਚ ਇੱਥੇ ਸਾਹਿਬ ਕਹਿੰਦੇ ਵੀ ਤੂੰ ਸੰਘਰਸ਼ ਨਹੀਂ ਕਰਨਾ, ਇੱਥੇ ਸਮਰਪਣ ਕਰ ਦੇਣਾ ਹੈ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਇੱਥੇ ਆਪਣੇ ਆਪ ਨੂੰ ਧੂਰ ਬਣਾ ਲਈ, ਮਿੱਟੀ ਬਣਾ ਲਈ, ਭਾਵ ਜ਼ੀਰੋ ਕਰ ਲਈ, ਸਮਰਪਣ ਕਰ ਲਈ। ਕਿਤਨਾ ਕੁ ਸਮਰਪਣ ਚਾਹੀਦਾ? ਇੰਨਾ ਸਮਰਪਣ ਚਾਹੀਦਾ ਹੈ ਵੀ ਜਿਸ ਤਰ੍ਹਾਂ ਇੱਕ ਬੀਜ ਆਪਣੇ ਆਪ ਨੂੰ ਮਿੱਟੀ ਦੇ ਵਿੱਚ ਵਲੀਨ ਕਰ ਦਿੰਦਾ ਹੈ, ਉਹ 80% ਨਹੀਂ ਕਰਦਾ, 85% ਨਹੀਂ ਕਰਦਾ, 90% ਨਹੀਂ ਕਰਦਾ, ਉਹ 100% ਕਰਦਾ ਹੈ। ਕਿਉਂਕਿ ਉਹਨੂੰ ਪਤਾ ਹੈ ਵੀ ਜੇ ਮੈਂ ਆਪਣੇ ਵਿੱਚੋਂ ਬੂਟੇ ਨੂੰ ਪੈਦਾ ਕਰਨਾ ਹੈ, ਮੈਨੂੰ 100% ਆਪਣੇ ਆਪ ਨੂੰ ਵਲੀਨ ਕਰਨਾ ਪਏਗਾ। ਧਰਮ ਦੇ ਵਿੱਚ ਕਿੰਨਾ ਕੁ ਸਮਰਪਣ ਚਾਹੀਦਾ ਹੈ? 70%, 80%, 90%? ਸਾਹਿਬ ਕਹਿੰਦੇ ਨਹੀਂ, ਇੱਥੇ 100% ਚਾਹੀਦਾ, 101% ਚਾਹੀਦਾ ਹੈ। ਇਸ ਕਰਕੇ ਸਾਹਿਬ ਨੇ ਬਚਨ ਕੀਤੇ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀ ਆ ਭੇਖੋਂ ਸਦਾ ਹਜ਼ੂਰ। ਵੀ ਇੱਥੇ ਆਪਣੇ ਆਪ ਨੂੰ ਜ਼ੀਰੋ ਕਰਦੀ, ਕੁਝ ਵੀ ਨਾ ਆਖੀ, ਜਿਹੜੀ ਆਪਣੀ ਹੋਂਦ ਹੈ ਉਹਨੂੰ ਖਤਮ ਕਰ ਦੇਵੀਂ। ਦੁਨਿਆਵੀ ਤੌਰ ਦੇ ਉੱਤੇ ਬੰਦਾ ਕੰਮ ਕਰਦਾ, ਆਪਣੀ ਹੋਂਦ ਨੂੰ ਬਣਾਉਣਾ ਚਾਹੁੰਦਾ ਹੈ, ਲੋਕ ਮੈਨੂੰ ਜਾਣਨ, ਲੋਕਾਂ ਨਾਲ ਮੇਰੀ ਜਾਣ ਪਹਿਚਾਣ ਬਣੇ, ਮੇਰੀ ਜਿਹੜੀ ਹੋਂਦ ਹੈ ਉਹ ਵੱਧ ਤੋਂ ਵੱਧ ਦੁਨੀਆਂ ਦੇ ਵਿੱਚ ਕਾਇਮ ਹੋਵੇ। ਪਰ ਧਰਮ ਦੇ ਵਿੱਚ ਹੋਂਦ ਮਿਟਾਉਣੀ ਹੈ। ਇੱਥੇ ਬਚਨ ਨੇ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਥੇ ਹੋਂਦ ਖਤਮ ਕਰਨੀ ਹੈ, ਕਿਉਂਕਿ ਇਹ ਧਰਮ ਦਾ ਰਸਤਾ ਹੈ। ਪਰ ਵੇਖਣ ਦੇ ਵਿੱਚ ਆਉਂਦਾ ਵੀ ਜਦੋਂ ਬੰਦਾ ਧਰਮ ਦੀ ਯਾਤਰਾ ਸ਼ੁਰੂ ਕਰਦਾ ਹੈ, ਉਹ ਈਗੋ ਕੁਝ ਨਾ ਕੁਝ ਰੱਖ ਲੈਂਦਾ ਹੈ। ਉਦਾਹਰਣ ਦੇ ਤੌਰ 'ਤੇ ਕਈ ਦਫ਼ਾ ਬੰਦਾ, ਉਹਦੇ ਕੋਲ ਈਗੋ ਹੁੰਦੀ ਹੈ, ਪਰ ਨਿਮਰਤਾ ਵਾਲੇ ਸ਼ਬਦ ਵਰਤਦਾ ਹੈ। ਉਦਾਹਰਣ ਦੇ ਤੌਰ 'ਤੇ ਉਹ ਕਹਿੰਦਾ, ਜੀ ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ। ਅਗਲੇ ਬੰਦੇ ਨੂੰ ਕਿਹਾ ਜਾਂਦਾ ਵੀ ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ, ਤਾਂ ਜੋ ਅਗਲਾ ਬੰਦਾ ਆਖੇ, ਨਹੀਂ ਤੂੰ ਚਰਨਾਂ ਦੀ ਧੂੜ ਨਹੀਂ, ਤੂੰ ਮੇਰੇ ਸਿਰ ਦਾ ਤਾਜ ਹੈ। ਸ਼ਬਦ ਵਰਤੇ ਜਾਂਦੇ, ਮੈਂ ਨਾਚੀਜ਼ ਕੀੜਾ ਵਾਂ, ਮੈਂ ਤੁਸ਼ ਹਾਂ, ਤਾਂ ਜੋ ਅਗਲਾ ਬੰਦਾ ਕਹੇ, ਨਹੀਂ ਤੂੰ ਨਾਚੀਜ਼ ਕੀੜਾ ਨਹੀਂ, ਤੂੰ ਮਹਾਨ ਹੈ। ਇੱਦਾਂ ਦੀ ਵਰਡਿੰਗ ਯੂਜ ਕੀਤੀ ਜਾਂਦੀ, ਮੈਂ ਤਾਂ ਕੁਝ ਨਹੀਂ, ਮੈਂ ਤਾਂ ਖਾਕ ਹਾਂ, ਤਾਂ ਜੋ ਅਗਲਾ ਬੰਦਾ ਕਹੇ, ਨਹੀਂ ਤੂੰ ਖਾਕ ਨਹੀਂ, ਤੂੰ ਸਿਰ ਦਾ ਤਾਜ ਹੈ। ਅੰਦਰ ਈਗੋ ਹੈ, ਪਰ ਆਪਣੀ ਈਗੋ ਨੂੰ ਜਿਹੜੇ ਸ਼ਬਦ ਦਿੱਤੇ ਨੇ ਉਹ ਨਿਮਰਤਾ ਵਾਲੇ ਨੇ। ਭਾਈ ਜੇ ਤੂੰ ਚਰਨਾਂ ਦੀ ਧੂੜ ਹੈ, ਬਿਆਨ ਨਾ ਕਰ, ਨਾ ਚੀਜ਼ ਹੈ ਬਿਆਨ ਨਾ ਕਰ। ਪਰ ਨਹੀਂ, ਬੰਦਾ ਕਰਨਾ ਚਾਹੁੰਦਾ ਹੈ, ਇਹਦਾ ਭਾਵ ਉਹਦੇ ਅੰਦਰ ਕੁਝ ਨਾ ਕੁਝ ਹੈ। ਉਹ ਕਹਿੰਦਾ ਵੀ ਮਿਹਨਤ ਮੇਰੀ, ਰਹਿਮਤ ਤੇਰੀ। ਆਮ ਕਰਕੇ ਜਦੋਂ ਆਪਾਂ ਜਾਂਦੇ ਹਾਂ ਪੰਜਾਬ, ਟਰਾਲੀਆਂ ਦੇ ਉੱਤੇ, ਟਰੈਕਟਾਂ ਦੇ ਉੱਤੇ, ਗੱਡੀਆਂ ਦੇ ਉੱਤੇ ਇਹ ਜਿਹੜੇ ਸ਼ਬਦ ਨੇ ਅਕਸਰ ਵੇਖਣ ਦੇ ਵਿੱਚ ਮਿਲਦੇ ਨੇ ਵੀ ਰੱਬਾ ਮਿਹਨਤ ਮੇਰੀ ਹੈ, ਰਹਿਮਤ ਤੇਰੀ, ਕਰਮ ਮੈਂ ਕਰਾਂਗਾ ਫਲ ਤੂੰ ਦੇਂਗਾ, ਕਰਨ ਵਾਲਾ ਮੈਂ ਹਾਂ, ਮਿਹਨਤ ਮੇਰੀ, ਮੇਰੀ ਤੋਂ ਭਾਵ ਮੈਂ ਕਰਦਾ ਪਿਆ ਹਾਂ, ਰਹਿਮਤ ਤੇਰੀ, ਉੱਥੇ ਵੀ ਮੈਂ ਅੰਦਰ ਲੁਕੀ ਹੋਈ ਹੈ। ਸੋ ਸਤਿਗੁਰੂ ਕਹਿੰਦੇ ਵੀ ਜਿੱਥੇ ਤੇਰੇ ਅੰਦਰ ਮੈਂ ਲੁਕੀ, ਕਰਤਾ ਭਾਵ ਲੁਕਿਆ ਵੀ ਮੇਰਾ ਕੁਝ ਹੈ, ਸਾਹਿਬ ਕਹਿੰਦੇ ਉੱਥੇ ਤੂੰ ਡੈਡੀਕੇਟ ਨਹੀਂ ਹੋਇਆ, 100% ਨਹੀਂ ਹੋਇਆ, 80 ਹੋ ਗਿਆ ਹੈ, 90 ਤੱਕ ਕਹਿ ਸਕਦੇ ਹਾਂ। ਅਤੇ ਕਬੀਰ ਸਾਹਿਬ ਨੇ ਫਿਰ ਇੱਥੇ ਕਿਹਾ, ਕਹਿਣ ਲੱਗੇ, ਨਹੀਂ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਕੁਝ ਹੈ ਹੀ ਨਹੀਂ, ਨਾ ਮੇਰੀ ਮਿਹਨਤ ਏ, ਕੁਝ ਵੀ ਨਹੀਂ ਹੈਗਾ, ਮੈਂ 100% ਸਮਰਪਿਤ ਹੋ ਚੁੱਕਾ ਹਾਂ। ਸਾਹਿਬ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸਾਹਿਬ ਕਹਿੰਦੇ ਮੈਨੂੰ ਕੋਈ ਭਲਾ ਆਖੇ ਭਾਵੇਂ ਮਾੜਾ ਆਖੇ, ਮੈਂ ਤਨ ਸਮਰਪਿਤ ਕਰ ਦਿੱਤਾ। ਆਮ ਕਰਕੇ ਬੰਦਾ ਕਹਿੰਦਾ ਵੀ ਚੰਗੇ ਕੰਮ ਰੱਬ ਦੇ ਨੇ, ਮਾੜੇ ਕੰਮ ਮੇਰੇ ਨੇ, ਚੰਗਾ ਰੱਬ ਕਰਦਾ, ਮੈਂ ਮਾੜਾ ਕਰਦਾ ਹਾਂ, ਕੁਝ ਨਾ ਕੁਝ ਮੈਂ ਲੁਕੀ ਹੈ। ਪਰ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਕੋਈ ਭਾਵੇਂ ਭਲਾ ਆਖੇ ਬੁਰਾ ਆਖੇ, ਮੈਂ ਆਪਣਾ ਤਨ ਸਮਰਪਿਤ ਕਰ ਦਿੱਤਾ ਹੈ। ਸੋ ਜਿੱਥੇ ਈਗੋ ਹੈ ਉੱਥੇ ਸਮਰਪਣ ਪੂਰਾ ਨਹੀਂ ਹੋਇਆ। ਅਤੇ ਸਤਿਗੁਰੂ ਕਹਿੰਦੇ ਜਦ ਤੱਕ ਸਮਰਪਣ ਨਹੀਂ ਹੁੰਦਾ ਤੂੰ ਮਾਲਕ ਜੀ ਤੱਕ ਅਪੜ ਨਹੀਂ ਸਕਦਾ। ਨੰਬਰ 2 'ਤੇ ਹੰਕਾਰ ਬੜਾ ਸੂਖਸ਼ਮ ਹੈ। ਸੂਖਸ਼ਮ ਕਹਿੰਦੇ ਨੇ ਉਸ ਚੀਜ਼ ਨੂੰ ਜਿਹੜੀ ਨਜ਼ਰ ਨਾ ਆਏ ਪਰ ਜਿੰਦੀ ਹੋਂਦ ਹੈ। ਬਰੀਕ ਬਰੀਕ ਕਣ ਵੇਖਦੇ ਹਾਂ, ਬੜੇ ਸੂਖਸ਼ਮ ਨੇ, ਮਾਈਕਰੋਸਕੋਪ ਦੇ ਰਾਹੀਂ ਦੇਖ ਸਕਦੇ ਹਾਂ, ਦੂਰਬੀਨ ਦੇ ਰਾਹੀਂ ਦੇਖ ਸਕਦੇ ਹਾਂ, ਬੜੀਆਂ ਸੂਖਸ਼ਮ ਚੀਜ਼ਾਂ ਨੇ। ਇਸ ਤੋਂ ਹਜ਼ਾਰਾਂ ਗੁਣਾ ਸੂਖਸ਼ਮ ਹੈ ਸਾਡੀ ਈਗੋ।
ਸਾਡਾ ਹੰਕਾਰ ਅਤੇ ਬੰਦਾ ਕਹਿੰਦਾ ਵੀ ਮੇਰੇ ਸਹਾਰੇ 'ਤੇ ਚੱਲਦਾ ਪਿਆ ਹੈ, ਵੀ ਜੇ ਮੈਂ ਇਹ ਨਾ ਕੀਤਾ ਤੁਸੀਂ ਚੱਲ ਨਹੀਂ ਸਕਦੇ। ਮੇਰੇ ਸਹਾਰੇ 'ਤੇ ਘਰ ਚੱਲਦਾ ਹੈ, ਮੇਰੇ ਸਹਾਰੇ 'ਤੇ ਦੂਜੇ ਬੰਦੇ ਚੱਲਦੇ ਨੇ, ਅਦਾਰੇ ਚੱਲਦੇ ਨੇ, ਇੰਸਟੀਟਿਊਸ਼ਨ ਚੱਲਦੇ ਨੇ। ਜਿਸ ਤਰ੍ਹਾਂ ਪੰਜਾਬੀ ਦੇ ਅੰਦਰ ਇੱਕ ਘਟਨਾ ਹੈ ਵੀ ਇੱਕ ਮਾਤਾ ਸੀ ਅਤੇ ਉਹਨੇ ਕੁੱਕੜ ਰੱਖਿਆ ਸੀ ਪਿੰਡ ਦੇ ਵਿੱਚ। ਜਦੋਂ ਤੜਕਾ ਹੁੰਦਾ ਸੀ, ਅੰਮ੍ਰਿਤ ਵੇਲਾ ਹੁੰਦਾ ਸੀ, ਕੁੱਕੜ ਵਾਂਗ ਦਿੰਦਾ ਸੀ ਅਤੇ ਉਹਦੀ ਵਾਂਗ ਨੂੰ ਸੁਣ ਕੇ ਆਸੇ ਪਾਸੇ ਦੇ ਲੋਕ ਉੱਠ ਜਾਂਦੇ ਸਨ ਅਤੇ ਉਹ ਜਿਹੜੀ ਮਾਈ ਸੀ ਉਹਨੂੰ ਇਸ ਗੱਲ ਦਾ ਬਹੁਤ ਸੀ ਵੀ ਮੇਰਾ ਕੁੱਕੜ ਵਾਂਗ ਦਿੰਦਾ ਹੈ ਤਾਂ ਸੂਰਜ ਚੜ੍ਹਦਾ ਤਾਂ ਲੋਕ ਉੱਠਦੇ ਨੇ। ਇੱਕ ਦਿਨ ਉਹਦਾ ਪਿੰਡ ਵਾਲਿਆਂ ਨਾਲ ਝਗੜਾ ਹੋ ਗਿਆ ਅਤੇ ਜਦੋਂ ਝਗੜਾ ਹੋਇਆ ਤਾਂ ਉਹ ਮਾਈ ਕਹਿਣ ਲੱਗੀ ਮੇਰੇ ਨਾਲ ਸੰਭਲ ਕੇ ਬੋਲਿਓ, ਮੇਰੇ ਕੋਲ ਕੁੱਕੜ ਹੈ, ਮੇਰਾ ਕੁੱਕੜ ਵਾਂਗ ਦਿੰਦਾ ਤਾਂ ਸੂਰਜ ਚੜ੍ਹਦਾ, ਅਤੇ ਜੇ ਮੇਰਾ ਕੁੱਕੜ ਨਾ ਬੋਲੇ ਤਾਂ ਸੂਰਜ ਨਾ ਚੜ੍ਹੇ। ਉਹ ਲੋਕ ਹੱਸਣ ਲੱਗ ਪਏ। ਉਹ ਕਹਿਣ ਲੱਗੇ ਵੀ ਇਹ ਤਾਂ ਕੁਦਰਤ ਦਾ ਨਿਯਮ ਹੈ, ਤੇਰਾ ਕੁੱਕੜ ਬੋਲੇ ਅਤੇ ਭਾਵੇਂ ਨਾ ਬੋਲੇ। ਉਹ ਕਹਿਣ ਲੱਗੀ ਅੱਛਾ ਫਿਰ ਮੈਂ ਤੁਹਾਨੂੰ ਕਰਕੇ ਵਿਖਾਉਂਦੀ ਹਾਂ। ਲੜ ਕੇ ਅਤੇ ਆਪਣਾ ਕੁੱਕੜ ਲੈ ਕੇ ਦੂਸਰੇ ਪਿੰਡ ਚਲੀ ਗਈ। ਜਦੋਂ ਦੂਜੇ ਪਿੰਡ ਗਈ ਅਤੇ ਦੂਸਰੇ ਪਿੰਡ ਦੇ ਵਿੱਚ ਜਦੋਂ ਸਵੇਰ ਹੋਈ ਅਤੇ ਉਹ ਉੱਠੀ, ਜਦੋਂ ਉਹਦੇ ਕੁੱਕੜ ਨੇ ਵਾਂਗ ਦਿੱਤੀ ਉੱਠੀ, ਖੁਸ਼ ਸੀ, ਸੋਚਦੀ ਪਈ ਸੀ ਵੀ ਉਸ ਪਿੰਡ ਸੂਰਜ ਨਹੀਂ ਚੜ੍ਹਿਆ ਹੋਣਾ, ਲੋਕ ਸੁੱਤੇ ਹੋਣਗੇ। ਉਹਨੂੰ ਭੁਲੇਖਾ ਸੀ ਵੀ ਮੇਰਾ ਕੁੱਕੜ ਵਾਂਗ ਦਿੰਦਾ ਹੈ ਅਤੇ ਸਵੇਰ ਹੁੰਦੀ ਸੂਰਜ ਚੜ੍ਹਦਾ, ਅਤੇ ਕਹਿਣ ਲੱਗੇ ਵੀ ਉਹ ਲੋਕ ਅਜੇ ਤੱਕ ਹਨੇਰੇ ਦੇ ਵਿੱਚ ਹੋਣਗੇ। ਉਹਨੂੰ ਭੁਲੇਖਾ ਸੀ। ਇਹ ਇੱਕ ਬੰਦੇ ਦੀ ਹਾਲਤ ਅਤੇ ਇਨਸਾਨੀ ਫਿਤਰਤ 'ਤੇ ਬੰਦਾ ਕਹਿੰਦਾ ਵੀ ਮੈਂ ਜੇ ਨਾ ਹੁੰਦਾ ਤਾਂ ਕੰਮ ਹੀ ਨਹੀਂ ਹੋਣਾ ਸੀ, ਮੈਂ ਨਾ ਹੋਵਾਂ ਇਹ ਅਦਾਰਾ ਨਾ ਚੱਲੇ, ਇਹ ਸੰਸਥਾ ਨਾ ਚੱਲੇ, ਮੇਰੇ ਪਿੱਛੇ ਚੱਲਦਾ ਪਿਆ ਹੈ। ਜਿਸ ਤਰ੍ਹਾਂ ਟਟੀਰੀ ਦੇ ਬਾਰੇ ਕਿਹਾ ਜਾਂਦਾ ਵੀ ਜਦੋਂ ਟਟੀਰੀ ਹੁੰਦੀ ਜਿਹੜੀ ਖੇਤਾਂ ਦੇ ਵਿੱਚ ਪੈਂਦੀ ਹੈ, ਉਹ ਕੀ ਕਰਦੀ ਵੀ ਆਪਣੀਆਂ ਲੱਤਾਂ ਨੂੰ ਉੱਪਰ ਚੱਕ ਲੈਂਦੀ ਹੈ। ਟਟੀਰੀ ਇੱਕ ਪੰਛੀ ਦਾ ਨਾਂ, ਉੱਡਣ ਵਾਲਾ ਪੰਛੀ ਹੈ। ਉਹ ਜਦੋਂ ਖੇਤਾਂ ਦੇ ਵਿੱਚ ਆਪਣੇ ਆਲਣੇ ਦੇ ਵਿੱਚ ਉਹ ਲੰਮਾ ਪੈਂਦਾ ਹੈ, ਪਿੱਠ ਭਾਰ ਪੈਂਦਾ, ਲੱਤਾਂ ਨੂੰ ਦੋਵਾਂ ਲੱਤਾਂ ਨੂੰ ਉੱਪਰ ਚੱਕ ਲੈਂਦਾ ਹੈ। ਉਹ ਜਦੋਂ ਅਸਮਾਨ ਦੇ ਵੱਲ ਵੇਖਦਾ ਹੈ, ਵੇਖੀ ਜਾਂਦਾ ਤਾਂ ਉਹਨੂੰ ਭਰਮ ਹੋ ਜਾਂਦਾ ਵੀ ਅਸਮਾਨ ਮੇਰੀਆਂ ਲੱਤਾਂ ਦੇ ਸਹਾਰੇ 'ਤੇ ਖੜਿਆ ਹੈ। ਉਹ ਕਾਫ਼ੀ ਲੰਮੀ ਦੇਰ ਤੱਕ ਉਹ ਪੰਛੀ ਲੱਤਾਂ ਨੂੰ ਉੱਪਰ ਚੱਕ ਕੇ ਰੱਖਦਾ ਅਤੇ ਉਹਨੂੰ ਭੁਲੇਖਾ ਹੈ ਵੀ ਅਸਮਾਨ ਮੇਰੀਆਂ ਲੱਤਾਂ 'ਤੇ ਖੜਾ ਹੈ। ਅਤੇ ਜਿਸ ਬੰਦੇ ਦੀ ਹਾਲਤ ਇੱਦਾਂ ਦੀ ਹੋ ਜਾਏ ਤਾਂ ਉਹਨੂੰ ਕੰਪੇਅਰ ਕੀਤਾ ਜਾਂਦਾ, ਇਹ ਬੰਦਾ ਟਟੀਰੀ ਵਰਗਾ ਹੈ। ਜਿਸ ਤਰ੍ਹਾਂ ਟਟੀਰੀ ਨੂੰ ਭਰਮ ਹੈ ਮੈਂ ਲੱਤਾਂ 'ਤੇ ਅਸਮਾਨ ਨੂੰ ਖੜਾਇਆ, ਇਸੇ ਤਰ੍ਹਾਂ ਇਸ ਬੰਦੇ ਨੂੰ ਭਰਮ ਹੈ ਫਲਾਣੇ ਬੰਦੇ ਮੇਰੇ ਸਹਾਰੇ 'ਤੇ ਨੇ, ਅਦਾਰੇ ਮੇਰੇ ਸਹਾਰੇ 'ਤੇ ਨੇ, ਉਹ ਬੰਦਾ ਮੇਰੇ ਸਹਾਰੇ 'ਤੇ ਹੈ। ਉਹ ਟਟੀਰੀ ਵਾਲੀ ਹਾਲਤ ਹੈ। ਸੋ ਕਹਿਣ ਤੋਂ ਭਾਵ ਧਰਮ ਦੇ ਵਿੱਚ ਸਤਿਗੁਰੂ ਕਹਿੰਦੇ ਵੀ ਈਗੋ ਬਿਲਕੁਲ ਜ਼ੀਰੋ ਕਰਨੀ ਪੈਣੀ, ਇੱਥੇ ਸਮਰਪਣ ਕਰਨਾ ਪੈਣਾ ਹੈ, ਤਾਂ ਕਿਤੇ ਜਾ ਕਰਕੇ ਮਾਲਕ ਜੀ ਦਾ ਦਰ ਮਿਲੇਗਾ। ਅਤੇ ਸਾਹਿਬ ਨੇ ਇਸ ਪੌੜੀ ਵਿੱਚ ਗੱਲ ਕੀਤੀ, ਕਹਿਣ ਲੱਗੇ ਤੀਰਥ ਤਪ ਦਇਆ ਦੱਤ ਦਾਨ। ਜੇਕਰ ਕੋਈ ਬੰਦਾ ਤੀਰਥ ਯਾਤਰਾ ਕਰੇ, ਤਪ ਸਾਧਨਾ ਕਰੇ, ਦਾਨ ਕਰੇ, ਸਤਿਗੁਰ ਕਹਿੰਦੇ ਜੇ ਕੋ ਪਾਵੈ ਤਿਲਕਾ ਮਾਨ। ਸਾਹਿਬ ਕਹਿੰਦੇ ਵੀ ਕਿੰਨਾ ਕੁ ਮਾਨ ਮਿਲੇਗਾ? ਕਹਿਣ ਲੱਗੇ ਤਿਲ ਜਿੰਨਾ ਮਾਨ ਉਹਨੂੰ ਮਿਲੇਗਾ। ਇੰਨਾ ਕੁਝ ਕਰਕੇ ਆਖੇ ਵੀ ਬਹੁਤ ਮੈਨੂੰ ਵਡਿਆਈ ਮਿਲੇਗੀ, ਮੈਂ ਦਾਨ ਬੜਾ ਕਰ ਦਿੱਤਾ। ਸਤਿਗੁਰ ਕਹਿੰਦੇ ਨਹੀਂ, ਕੇਵਲ ਤਾਂ ਕੇਵਲ ਤਿਲ ਮਾਤਰ ਜਿੰਨੀ ਵਡਿਆਈ ਮਿਲੇਗੀ, ਭਾਵ ਥੋੜ੍ਹੀ ਮਿਲੇਗੀ, ਕਿਉਂਕਿ ਈਗੋ ਆ ਗਈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਸਤਿਗੁਰ ਕਹਿੰਦੇ ਤੀਰਥ ਦੀ ਯਾਤਰਾ ਕਰ, ਵਰਤ ਰੱਖ, ਦਾਨ ਕਰ, ਅਤੇ ਜੇ ਮਨ ਵਿੱਚ ਹੰਕਾਰ ਆ ਗਿਆ, ਨਾਨਕ ਨਿਹਫਲ ਜਾਤ ਤਿਹੇ ਜਿਉਂ ਕੁੰਚਰ ਇਸ਼ਨਾਨ। ਸਤਿਗੁਰ ਕਹਿੰਦੇ ਵੀ ਮਾਨੋ ਇੰਜ ਹੈ ਜਿਸ ਤਰ੍ਹਾਂ ਹਾਥੀ ਦਾ ਇਸ਼ਨਾਨ ਹੋਏ, ਸੁੰਡ ਦੇ ਨਾਲ ਉਹਨੇ ਆਪਣੇ ਤਨ 'ਤੇ ਪਾਣੀ ਪਾਇਆ, ਸਾਫ਼ ਕਰ ਲਿਆ, ਮੁੜ ਕੇ ਕੁਝ ਪਲਾਂ ਦੇ ਬਾਅਦ ਸੁੰਡ ਵਿੱਚ ਮਿੱਟੀ ਭਰੀ ਅਤੇ ਫਿਰ ਆਪਣੇ ਤਨ ਉੱਤੇ ਸੱਟ ਲਈ, ਫਿਰ ਮੈਲਾ ਹੋ ਗਿਆ। ਸਤਿਗੁਰ ਕਹਿੰਦੇ ਭਾਵੇਂ ਤੂੰ ਤੀਰਥ ਯਾਤਰਾ ਕਰ, ਜੇ ਈਗੋ ਆ ਗਈ, ਸਾਹਿਬ ਕਹਿੰਦੇ ਤਿਲ ਜਿੰਨੀ ਤੈਨੂੰ ਵਡਿਆਈ ਮਿਲੇਗੀ, ਜੇ ਕੋ ਪਾਵੈ ਤਿਲਕਾ ਮਾਨ। ਬੰਦਾ ਜਦੋਂ ਕੋਈ ਕਰਮ ਕਰਦਾ ਉਹ ਮਿੱਥ ਕੇ ਕਰਦਾ ਹੈ। ਬੰਦੇ ਨੇ ਚੁਣਿਆ ਵੀ ਮੈਂ ਦਇਆ ਕਰਨੀ ਹੈ ਅਤੇ ਖਾਸ ਖਾਸ ਲੋਕਾਂ 'ਤੇ ਕਰਨੀ, ਦਇਆ ਖਾਸ ਖਾਸ ਲੋਕਾਂ 'ਤੇ ਕਰਨੀ, ਆਪਣਿਆਂ 'ਤੇ ਕਰਨੀ, ਰਿਸ਼ਤੇਦਾਰਾਂ 'ਤੇ, ਸੱਜਣਾਂ ਮਿੱਤਰਾਂ 'ਤੇ ਖਾਸ ਖਾਸ 'ਤੇ ਕਰਨੀ, ਆਪਣੀ ਜ਼ਾਤ ਦੇ ਲੋਕਾਂ 'ਤੇ ਕਰਨੀ, ਆਪਣੇ ਇਲਾਕੇ ਦੇ ਲੋਕਾਂ 'ਤੇ ਕਰਨੀ, ਆਪਣੇ ਧਰਮ ਦੇ ਲੋਕਾਂ 'ਤੇ ਕਰਨੀ ਹੈ। ਉਹ ਖਾਸ ਖਾਸ ਥਾਵਾਂ ਦੇ ਉੱਤੇ ਆਪਣੀ ਦਇਆ ਵਿਖਾਉਂਦਾ ਹੈ, ਪਰ ਉਹ ਦਇਆ ਦੀ ਪਰਿਭਾਸ਼ਾ ਨਹੀਂ ਹੈਗੀ। ਜਿਸ ਤਰ੍ਹਾਂ ਇੱਕ ਵਿਦਵਾਨ ਸੀ ਅਤੇ ਉਹਨੇ ਦਇਆ ਦੇ ਉੱਤੇ ਲੈਕਚਰ ਕਰਨਾ ਸੀ,
ਅਤੇ ਜਦੋਂ ਉਹਨੇ ਦਇਆ ਦੇ ਉੱਤੇ ਲੈਕਚਰ ਕਰਨਾ ਸੀ ਤਾਂ ਉਹਨੇ ਲੈਕਚਰ ਤਿਆਰ ਕੀਤਾ, ਜਾ ਰਿਹਾ ਸੀ ਹੌਲ ਦੇ ਵਿੱਚ ਜਿੱਥੇ ਲੈਕਚਰ ਦੇਣਾ ਸੀ, ਅਤੇ ਜਦੋਂ ਜਾ ਰਿਹਾ ਸੀ ਬੜੀ ਤੇਜ਼ੀ ਨਾਲ ਜਾ ਰਿਹਾ ਸੀ, ਰਾਹ ਦੇ ਵਿੱਚ ਇੱਕ ਪਿਆਸਾ ਬੰਦਾ, ਇੱਕ ਮਰੀਜ਼ ਬੰਦਾ ਮਿਲ ਗਿਆ, ਜ਼ਮੀਨ 'ਤੇ ਲੇਟਿਆ, ਬਹੁਤ ਬਿਮਾਰ ਹੈ। ਅਤੇ ਜਦੋਂ ਉਹਨੇ ਵੇਖਿਆ, ਕੱਪੜਿਆਂ ਤੋਂ ਜੱਜ ਕੀਤਾ ਵੀ ਇੱਕ ਭੱਦਰ ਪੁਰਸ਼ ਆ ਰਿਹਾ, ਬੜੀ ਤੇਜ਼ੀ ਦੇ ਨਾਲ ਲੰਘਦਾ ਪਿਆ ਸੀ। ਉਸ ਮਰੀਜ਼ ਨੇ, ਬਿਮਾਰ ਬੰਦੇ ਨੇ ਆਵਾਜ਼ ਦਿੱਤੀ ਵੀ ਸੱਜਣਾ, ਮੈਨੂੰ ਪਿਆਸ ਬੜੀ ਲੱਗੀ ਹੈ, ਅਤੇ ਇੰਜ ਕਰ ਮੈਨੂੰ ਪਾਣੀ ਪਿਆ ਦੇ। ਉਹ ਕਾਹਲੀ ਦੇ ਵਿੱਚ ਸੀ। ਉਹ ਕਹਿਣ ਲੱਗਾ, ਤੈਨੂੰ ਪਤਾ ਨਹੀਂ ਵੀ ਮੈਂ ਲੈਕਚਰ ਕਰਨ ਜਾ ਰਿਹਾ ਹਾਂ, ਬਹੁਤ ਕਾਹਲੀ ਦੇ ਵਿੱਚ ਹਾਂ, ਜੇ ਮੇਰਾ ਲੈਕਚਰ ਮਿਸ ਹੋ ਗਿਆ ਤਾਂ ਬੜਾ ਨੁਕਸਾਨ ਹੋਏਗਾ। ਉਹਨੇ ਫਿਰ ਕਿਹਾ ਵੀ ਮੈਂ ਬਿਮਾਰ ਹਾਂ, ਉੱਠ ਨਹੀਂ ਸਕਦਾ, ਸਰੀਰ ਵਿੱਚ ਹਿੰਮਤ ਨਹੀਂ ਇੰਨੀ। ਉਹ ਕਹਿਣ ਲੱਗਾ, ਮੈਂ ਦਇਆ ਦੇ ਉੱਤੇ ਲੈਕਚਰ ਕਰਨ ਜਾ ਰਿਹਾ, ਮੇਰੇ ਕੋਲ ਵਕਤ ਨਹੀਂ ਹੈਗਾ ਮੈਂ ਤੈਨੂੰ ਪਾਣੀ ਪਿਆ ਸਕਾਂ। ਉਹ ਜਦੋਂ ਉਹਨੇ ਕਿਹਾ ਵੀ ਦਇਆ ਦੇ ਉੱਤੇ, ਕਹਿਣ ਲੱਗਾ, ਤੇਰੀ ਦਇਆ ਨਜ਼ਰ 'ਤੇ ਆਉਂਦੀ ਨਹੀਂ ਪਈ, ਦਇਆ ਦੇ ਉੱਤੇ ਲੈਕਚਰ ਕਰਨ ਜਾ ਰਿਹਾ, ਇੱਥੇ ਮੈਂ ਪਾਣੀ ਦਾ ਗਲਾਸ ਮੰਗਿਆ, ਪਰ ਦਇਆ ਤੇਰੇ ਹਿਰਦੇ ਵਿੱਚ ਨਹੀਂ ਹੈਗੀ, ਜ਼ੁਬਾਨ ਦੇ ਉੱਤੇ ਹੈ, ਜਾ ਕੇ ਤੂੰ ਹੌਲ ਦੇ ਵਿੱਚ ਲੈਕਚਰ ਹੌਲ ਦੇ ਵਿੱਚ ਬੋਲੇਗਾ, ਪਰ ਹਿਰਦੇ ਵਿੱਚ ਉਹ ਚੀਜ਼ ਨਹੀਂ ਹੈਗੀ। ਕਹਿਣ ਤੋਂ ਭਾਵ, ਬੰਦਾ ਜਦੋਂ ਗੱਲ ਕਰਦਾ ਹੈ, ਜੇ ਉਹਦੇ ਜੀਵਨ ਦੇ ਵਿੱਚ ਨਹੀਂ, ਉਹ ਥੋਥੀ ਹੈ। ਸੋ ਦਇਆ ਜਿਹੜੀ ਹੈ, ਜਦੋਂ ਮਿੱਥ ਕੇ ਕੀਤੀ ਜਾਏ, ਕਿਉਂਕਿ ਇਹ ਹੁੰਦਾ ਹੈ, ਦਇਆ ਕਰਨੀ ਆਪਣੇ ਧਰਮ ਦੇ ਲੋਕਾਂ ਦੇ ਉੱਤੇ, ਭਲਾ ਕਰਨਾ ਆਪਣੇ ਧਰਮ ਦੇ ਲੋਕਾਂ 'ਤੇ, ਜੇ ਲੰਗਰ ਵੀ ਛਕਾਉਣਾ ਹੈ ਤਾਂ ਅਸੀਂ ਆਪਣੇ ਲੋਕਾਂ ਦੇ ਉੱਤੇ ਛਕਾਈਏ, ਜੇ ਥਰਡ ਪਰਸਨ ਆ ਗਿਆ, ਕੋਈ ਗੈਰ ਧਰਮ ਦਾ ਆ ਗਿਆ, ਨੌਨ ਸਿੱਖ ਆ ਗਿਆ, ਅਤੇ ਕਈ ਦਫ਼ਾ ਵੇਖਣ ਲੱਗ ਪੈਂਦੇ, ਕਿੱਥੋਂ ਆ ਗਿਆ, ਇਹ ਗੁਰਦੁਆਰਾ ਹੈ, ਸਿੱਖਾਂ ਦਾ ਹੀ ਹੈ, ਇਹ ਥਰਡ ਪਰਸਨ ਕਿੱਥੋਂ ਆ ਗਿਆ। ਹੁੰਦਾ ਹੈ, ਪਿੱਛੇ ਜੇ ਜਦੋਂ ਆਪਾਂ ਪਿਛਲੇ ਸਮੇਂ ਵਿੱਚ ਜਾਂਦੇ ਹਾਂ, ਪਿੱਛੇ ਚਲੇ ਜਾਈਏ 40-50-100 ਸਾਲ ਪਿੱਛੇ, ਅਤੇ ਜਦੋਂ ਕੋਈ ਨੀਵੀਂ ਜ਼ਾਤ ਵਾਲਾ ਆ ਜਾਂਦਾ ਸੀ, ਵੇਖਿਆ ਜਾਂਦਾ ਸੀ ਵੀ ਸ਼ੂਦਰ ਆ ਗਏ, ਨੀਵੀਂ ਜ਼ਾਤ ਵਾਲੇ ਆ, ਇਹ ਦੂਜੇ ਮੁਹੱਲੇ ਵਾਲੇ ਆ ਗਏ ਨੇ, ਉਹ ਦਇਆ ਦੀ ਪਰਿਭਾਸ਼ਾ ਨਹੀਂ ਹੈਗੀ। ਦਇਆ ਨੇ ਸਮਦ੍ਰਿਸ਼ਟੀ ਵਿੱਚੋਂ ਪੈਦਾ ਹੋਣਾ ਹੈ, ਸਮਦ੍ਰਿਸ਼ਟੀ ਤੋਂ ਭਾਵ ਇੱਕੋ ਜਿਹੀ ਨਿਗਾਹ ਨਾਲ ਵੇਖਣਾ, ਉੱਥੋਂ ਦਇਆ ਦਾ ਜਨਮ ਹੋਏਗਾ। ਅਤੇ ਜੇ ਦ੍ਰਿਸ਼ਟੀ ਦੇ ਵਿੱਚ, ਵੇਖਣ ਦੇ ਵਿੱਚ ਵਿਤਕਰਾ ਹੈ, ਮੈਂ ਵੇਖਦਾ ਪਿਆ ਹਾਂ ਵੀ ਇਹ ਮੇਰੇ ਆਪਣੇ ਲੋਕ ਨੇ, ਅਤੇ ਉੱਥੇ ਫਿਰ ਦਇਆ ਖਤਮ ਹੋ ਜਾਏਗੀ। ਦਇਆ ਦਾ ਜਨਮ ਸਮਦ੍ਰਿਸ਼ਟੀ ਦੇ ਵਿੱਚੋਂ ਹੋਣਾ, ਜਦੋਂ ਸਾਰਿਆਂ ਦੇ ਵਿੱਚੋਂ ਅਸੀਂ ਇੱਕ ਨੂੰ ਵੇਖਣਾ। ਇਹਦੀ ਉਦਾਹਰਣ ਲੈਣੀ ਤਾਂ ਭਾਈ ਘਨੱਈਆ ਜੀ ਦੀ ਉਹ ਮਿਸਾਲ ਸਮਝਣੀ ਪਏਗੀ, ਮੈਦਾਨੇ ਜੰਗ, ਅਤੇ ਉਹਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਨੇ ਅਤੇ ਸਿੱਖਾਂ ਨੂੰ ਵੀ ਪਾਣੀ ਪਿਲਾ ਰਹੇ ਨੇ। ਉਹ ਦਇਆ ਦੀ ਇੱਕ ਬੜੀ ਵੱਡੀ ਉਦਾਹਰਣ ਨੇ, ਉਹ ਸਮਦ੍ਰਿਸ਼ਟੀ ਹੈ। ਭਾਈ ਘਨੱਈਆ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਮੁਗਲਾਂ ਦੇ ਵਿੱਚੋਂ ਵੀ ਕਰਦਾ ਪਿਆ, ਸਿੱਖਾਂ ਦੇ ਵਿੱਚੋਂ ਵੀ ਕਰਦਾ ਪਿਆ, ਪਾਣੀ ਮੁਗਲਾਂ ਨੂੰ ਵੀ ਪਿਲਾ ਰਿਹਾ, ਸਿੱਖਾਂ ਨੂੰ ਵੀ ਪਿਲਾ ਰਿਹਾ, ਇਹਨੂੰ ਕਵਾਂਗੇ ਸਮਦ੍ਰਿਸ਼ਟੀ। ਅਤੇ ਜਦੋਂ ਤੱਕ ਸਮਦ੍ਰਿਸ਼ਟੀ ਨਹੀਂ, ਉਦੋਂ ਤੱਕ ਦਇਆ ਦਾ ਜਨਮ ਨਹੀਂ ਹੋ ਸਕਦਾ। ਸੋ ਸਤਿਗੁਰੂ ਨੇ ਇੱਥੇ ਜਿਹੜੀ ਗੱਲ ਕੀਤੀ, ਕਹਿਣ ਲੱਗੇ ਤੀਰਥ ਤਪ ਦਇਆ ਦਤ ਦਾਨ, ਅਸੀਂ ਵੀ ਦਇਆ ਕਰਦੇ ਹਾਂ, ਪਰ ਸਾਡੀ ਦਇਆ ਲਿਮਿਟਡ ਲੋਕਾਂ ਵਾਸਤੇ ਹੈ, ਕੋਈ ਗੈਰ ਆ ਜਾਏ, ਕੋਈ ਬੇਗਾਨਾ ਆ ਜਾਏ, ਉਹਦੇ ਵਾਸਤੇ ਨਹੀਂ ਹੈਗੀ। ਸਤਿਗੁਰ ਕਹਿੰਦੇ ਬੇਸ਼ੱਕ ਤੂੰ ਕਰਮ ਕਰ ਲੈ, ਜੇ ਕੋ ਪਾਵੈ ਤਿਲਕਾ ਮਾਨ, ਸਾਹਿਬ ਕਹਿੰਦੇ ਤਿਲ ਜਿੰਨਾ ਮਾਨ ਮਿਲੇਗਾ। ਅਤੇ ਪੁੱਛਿਆ, ਮਹਾਰਾਜ ਫਿਰ ਕਰਾਂ ਕੀ? ਸਾਹਿਬ ਕਹਿੰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ। ਸਾਹਿਬ ਕਹਿੰਦੇ ਵੀ ਜਿਨ੍ਹਾਂ ਨੇ ਰੱਬ ਦਾ ਨਾਮ ਸੁਣਿਆ, ਸੁਰਤ ਕਰਕੇ ਮੰਨਿਆ, ਪਤੀਜ ਗਏ ਅਤੇ ਮਨ ਵਿੱਚ ਪਿਆਰ ਕੀਤਾ, ਅੰਤਰਗਤ ਤੀਰਥ ਮਲਣਾਓ, ਉਹਨਾਂ ਨੇ ਆਪਣੇ ਅੰਦਰ ਵਾਲੇ ਤੀਰਥ ਉੱਤੇ ਇਸ਼ਨਾਨ ਕਰ ਲਿਆ, ਮਨ ਉਹਨਾਂ ਦਾ ਸਾਫ਼ ਹੋ ਗਿਆ। ਇੱਥੇ ਸਾਹਿਬ ਨੇ ਹੁਣ ਗੱਲ ਕੀਤੀ ਭਾਉ ਦੀ, ਸੁਣਿਆ ਮੰਨਿਆ ਕਿਵੇਂ, ਮਨ ਕੀਤਾ ਭਾਉ। ਸਾਹਿਬ ਕਹਿੰਦੇ ਨੇ ਪਿਆਰ ਦੇ ਨਾਲ, ਦੋ ਸ਼ਬਦ ਨੇ ਡਰ ਅਤੇ ਪ੍ਰੇਮ। ਬਹੁਤੀ ਦਫ਼ਾ ਬੰਦਾ ਜਿਹੜੇ ਕਰਮ ਕਰਦਾ ਉਹ ਡਰ ਦੇ ਅਧੀਨ ਕਰਦਾ ਹੈ, ਮੈਂ ਪਾਠ ਕਰਦਾ ਹਾਂ, ਮੈਂ ਠੀਕ ਠਾਕ ਰਵਾਂ, ਮੈਨੂੰ ਕੋਈ ਦੁੱਖ ਮੁਸੀਬਤ ਨਾ ਆਏ, ਘਰ ਦੇ ਵਿੱਚ ਪਾਠ ਕਰਾਉਣਾ ਹੈ, ਮੇਰੇ ਘਰ ਵਿੱਚ ਕੋਈ ਬਿਪਤਾ ਨਾ ਆਏ, ਮੈਂ ਆਪਣੀ ਫੈਕਟਰੀ ਦੇ ਵਿੱਚ ਪਾਠ ਕਰਾ ਰਿਹਾ, ਮੇਰੀ ਫੈਕਟਰੀ ਸਹੀ ਸਲਾਮਤ ਚੱਲੇ, ਇੱਕ ਡਰ ਹੈ। ਧਾਰਮਿਕ ਕੰਮਾਂ ਦਾ ਸਹਾਰਾ ਲੈ ਰਿਹਾ, ਪਰ ਉਹ ਪਿਆਰ ਕਰਕੇ ਨਹੀਂ, ਉਹ ਡਰ ਕਰਕੇ ਮੈਨੂੰ ਕੁਝ ਹੋ ਨਾ ਜਾਏ, ਇੱਕ ਡਰ ਹੈ। ਜਿੱਥੇ ਡਰ ਹੈ ਉੱਥੇ ਪਿਆਰ ਨਹੀਂ ਹੈਗਾ। ਅਤੇ ਸਤਿਗੁਰ ਕਹਿ ਰਹੇ ਨੇ ਮਨ ਕੀਤਾ ਭਾਉ, ਮਨ ਦੇ ਵਿੱਚ ਪਿਆਰ ਦੇ ਨਾਲ ਤੂੰ ਰੱਬ ਜੀ ਦੇ ਨਾਮ ਨੂੰ ਜਪਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿੱਥੇ ਪਿਆਰ ਆ ਗਿਆ ਉੱਥੇ ਡਰ ਖਤਮ ਹੋ ਜਾਏਗਾ। ਇਤਿਹਾਸਕ ਉਦਾਹਰਣਾਂ ਨੇ,
ਲੋਕ ਹਰਨਾਕ ਸ਼ੱਗੇ ਵੀ ਚੁੱਕੇ ਨੇ, ਸਿਰ ਝੁਕਾਇਆ, ਪਰ ਉਹ ਪਿਆਰ ਕਰਕੇ ਨਹੀਂ ਚੁੱਕੇ, ਉਹ ਡਰ ਕਰਕੇ ਚੁੱਕੇ। ਲੋਕਾਂ ਨੇ ਔਰੰਗਜ਼ੇਬ ਦੇ ਅੱਗੇ ਵੀ ਸਿਰ ਝੁਕਾਇਆ, ਹਿੰਦੁਸਤਾਨ ਦੇ ਲੋਕ ਔਰੰਗਜ਼ੇਬ ਦੇ ਅੱਗੇ ਝੁਕੇ, ਪਿਆਰ ਕਰਕੇ ਨਹੀਂ ਚੁੱਕੇ, ਡਰ ਕਰਕੇ ਚੁੱਕੇ। ਪਰ ਭਾਈ ਗੁਰਦਾਸ ਕਹਿੰਦੇ ਬਾਬੇ ਨਾਨਕ ਦੇ ਅੱਗੇ ਲੋਕ ਝੁਕੇ ਨੇ, ਪਰ ਉਹ ਡਰ ਕਰਕੇ ਨਹੀਂ ਚੁੱਕੇ, ਪਿਆਰ ਕਰਕੇ ਚੁੱਕੇ। ਗੜ੍ਹ ਬਗਦਾਦ ਨਿਵਾਏ, ਕੈ ਮੱਕਾ ਮਦੀਨਾ ਸਭ ਨਿਵਾਇਆ। ਭਾਈ ਗੁਰਦਾਸ ਕਹਿੰਦੇ ਬਾਬੇ ਨਾਨਕ ਨੇ ਬਗਦਾਦ ਨਵਾ ਦਿੱਤਾ, ਮੱਕਾ ਮਦੀਨਾ। ਇੱਥੋਂ ਦੇ ਲੋਕ ਬਾਬੇ ਨਾਨਕ ਅੱਗੇ ਝੁੱਕ ਕੇ ਡਰ ਕਰਕੇ ਨਹੀਂ ਚੁੱਕੇ, ਉਹ ਪਿਆਰ ਕਰਕੇ ਚੁੱਕੇ ਨੇ। ਜਿੱਥੇ ਸਾਡੇ ਕਰਮਾਂ ਦੇ ਵਿੱਚ ਡਰ ਹੈ, ਪਿਆਰ ਨਹੀਂ ਹੈਗਾ, ਮਹਾਰਾਜ ਕਹਿੰਦੇ ਉਹ ਜਿਹੜਾ ਕਰਮ ਕਦੇ ਵੀ ਪ੍ਰਫੁੱਲਤ ਨਹੀਂ ਹੋ ਸਕਦਾ। ਇਸੇ ਕਰਕੇ ਸਾਹਿਬ ਨੇ ਵਾਰ ਵਾਰ ਪਿਆਰ ਦੀ ਗੱਲ ਕੀਤੀ ਹੈ, ਪਿਆਰ ਹੋਣਾ ਜ਼ਰੂਰੀ ਹੈ। ਜਦੋਂ ਆਪਾਂ ਵੇਖਦੇ ਹਾਂ ਆਦ ਮਨੁੱਖ, ਸ਼ੁਰੂ ਦਾ ਮਨੁੱਖ, ਉਹ ਜਿਹੜੀ ਵੀ ਚੀਜ਼ ਤੋਂ ਡਰਿਆ ਉਹਨੂੰ ਪੂਜਣ ਲੱਗ ਪਿਆ। ਜੇ ਉਹਨੇ ਵੇਖਿਆ ਵੀ ਅੱਗ ਹੈ, ਇਹ ਸਾੜ ਦਿੰਦੀ ਹੈ, ਇਹਦੇ ਵਿੱਚ ਤਾਕਤ, ਅਤੇ ਅੱਗ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹਨੇ ਵੇਖਿਆ ਵੀ ਹਵਾ ਜ਼ੋਰਦਾਰ ਚੱਲਦੀ ਹੈ, ਹਨੇਰੀ ਆਉਂਦੀ ਹੈ, ਬੜਾ ਕੁਝ ਉਡਾ ਕੇ ਲੈ ਜਾਂਦੀ, ਹਵਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਉਹਨੇ ਵੇਖਿਆ ਪਾਣੀ ਦੇ ਵਿੱਚ ਬੜਾ ਤਾਕਤ, ਹੜ੍ਹ ਆ ਜਾਂਦਾ ਹੈ, ਬੜੀ ਪਾਵਰ ਹੈ, ਪਾਣੀ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹਨੇ ਵੇਖਿਆ ਵੀ ਸੱਪ ਬੜਾ ਖਤਰਨਾਕ ਹੈ, ਮਾਰ ਸਕਦਾ, ਸੱਪ ਤੋਂ ਡਰਿਆ, ਸੱਪ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਉਹਨੇ ਵੇਖਿਆ ਵੀ ਰੁੱਖਾਂ ਦੇ ਵਿੱਚ ਤਾਕਤ ਹੈ, ਰੁੱਖਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਪਹਿਲਾਂ ਦਾ ਜਿਹੜਾ ਮਨੁੱਖ ਜਿਸ ਵੀ ਚੀਜ਼ ਤੋਂ ਡਰਿਆ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਚੂਈਆਂ ਦੀ ਪੂਜਾ ਵੀ ਸ਼ੁਰੂ ਹੋ ਗਈ, ਸੱਪਾਂ ਦੀ ਵੀ ਸ਼ੁਰੂ ਹੋ ਗਈ, ਪਿੱਪਲਾਂ ਦੀ, ਜੰਡਾਂ ਦੀ, ਪੱਥਰਾਂ ਦੀ, ਜਿਸ ਵੀ ਚੀਜ਼ ਦੇ ਵਿੱਚ ਇਹਨੂੰ ਤਾਕਤ ਨਜ਼ਰ ਆਈ ਵੀ ਇਹ ਚੀਜ਼ ਮੈਨੂੰ ਨੁਕਸਾਨ ਪਹੁੰਚਾ ਸਕਦੀ ਹੈ, ਬੰਦੇ ਨੇ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ। ਉਹ ਪੂਜਾ ਪਿਆਰ ਕਰਕੇ ਨਹੀਂ ਸੀ, ਉਹ ਪੂਜਾ ਡਰ ਕਰਕੇ ਸੀ। ਅਤੇ ਜਿਹੜੀ ਡਰ ਕਰਕੇ ਪੂਜਾ ਹੋ ਰਹੀ ਹੈ, ਡਰ ਕਰਕੇ ਜੋ ਕਰਮ ਕੀਤਾ ਜਾ ਰਿਹਾ ਹੈ, ਉਹਦੀ ਆਊਟਪੁੱਟ ਕਦੇ ਵੀ ਪੋਜ਼ਿਟਿਵ ਨਹੀਂ ਹੋ ਸਕਦੀ। ਇਸੇ ਕਰਕੇ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਵੀ ਡਰ ਕਰਕੇ ਨਾ ਕਰ, ਪਿਆਰ ਕਰਕੇ ਕਰ। ਸੁਣਿਆ ਮੰਨਿਆ ਮਨ ਕੀਤਾ ਭਾਉ, ਸਾਹਿਬ ਕਹਿੰਦੇ ਮਨ ਵਿੱਚ ਪਿਆਰ ਕਰਕੇ ਜਦੋਂ ਕਰੇਗਾ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਅੱਗੇ ਕਹਿੰਦੇ ਵੀ ਸਾਰੇ ਗੁਣ ਰੱਬ ਜੀ ਤੇਰੇ ਨੇ, ਜਿੰਨੇ ਵੀ ਗੁਣ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਮਾਲਕ ਜੀ, ਜੇ ਤੂੰ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ, ਭਗਤੀ ਨਹੀਂ ਹੋ ਸਕਦੀ। ਇੱਥੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਜਿੰਨੇ ਵੀ ਗੁਣ ਨੇ ਉਹ ਸਾਰੇ ਰੱਬ ਦੇ ਨੇ, ਪਰਮਾਤਮਾ ਦੇ ਗੁਣ ਨੇ। ਜਿਸ ਤਰ੍ਹਾਂ ਦਾਸ ਨੇ ਪਿੱਛੇ ਜੀ ਵੀ ਬੇਨਤੀ ਕੀਤੀ ਸੀ, ਇੱਕ ਹੈ ਬੁੱਧੀ, ਇੱਕ ਹੈ ਹਿਰਦਾ। ਬੁੱਧੀ ਸਵਾਲ ਜਵਾਬ ਕਰਦੀ ਹੈ, ਹਿਰਦਾ ਕੋਈ ਸਵਾਲ ਨਹੀਂ ਕਰਦਾ। ਹਿਰਦਾ ਕਹਿੰਦਾ ਗੁਰੂ ਦੀ ਗੱਲ ਮੰਨ ਲੈ, ਬੁੱਧੀ ਕਹੇਗੀ ਗੁਰੂ ਦੀ ਗੱਲ ਨੂੰ ਕਿਵੇਂ ਮੰਨਾ, ਕਾਹਤੋਂ ਮੰਨਾ, ਸਵਾਲ ਜਵਾਬ ਕਰਦੀ, ਓਬਜੈਕਸ਼ਨ ਕਰਦੀ ਹੈ। ਹਿਰਦਾ ਐਕਸੈਪਟ ਕਰਦਾ ਹੈ, ਕੋਈ ਵੀ ਕੰਮ ਆਖੀਏ ਬੁੱਧੀ ਪਹਿਲਾਂ ਸੋਚਦੀ ਹੈ, ਹਿਰਦਾ ਸੋਚਦਾ ਨਹੀਂ। ਸੰਸਾਰ ਵਿੱਚ ਸਫਲ ਹੋਣਾ ਹੈ ਤਾਂ ਬੁੱਧੀ ਨੂੰ ਅੱਗੇ ਰੱਖਣਾ ਪਏਗਾ। ਇਸੇ ਕਰਕੇ ਜਿਹੜੇ ਲੋਕ ਸਫਲ ਹੋ ਜਾਂਦੇ ਨੇ, ਕਿਹਾ ਜਾਂਦਾ ਬੁੱਧੀਮਾਨ ਨੇ, ਇਹ ਵਾਈਸ ਪਰਸਨ ਨੇ, ਬੁੱਧੀ ਵਾਲੇ ਲੋਕ ਕਾਮਯਾਬ ਨੇ। ਪਰ ਧਰਮ ਦੇ ਵਿੱਚ ਬੁੱਧੀ ਵਾਲੇ ਲੋਕ ਕਾਮਯਾਬ ਨੇ। ਇੱਥੇ ਜਿਹੜੇ ਬੰਦੇ ਹਿਰਦੇ ਨੂੰ ਅੱਗੇ ਰੱਖਦੇ ਨੇ ਉਹ ਕਾਮਯਾਬ ਨੇ। ਹਿਰਦੈ ਨਾਮ ਵਸਾਇਓ, ਕਿਉਂਕਿ ਰੱਬ ਦੇ ਨਾਮ ਨੇ ਬੁੱਧੀ ਵਿੱਚ ਟਿਕਣਾ ਹੀ ਨਹੀਂ। ਬੁੱਧੀ ਕੋਲ ਓਬਜੈਕਸ਼ਨ ਹੈ, ਗੁਰਦੁਆਰੇ ਜਾਣਾ, ਬਾਣੀ ਪੜ੍ਹਨੀ ਕਿਉਂ, ਇੱਕ ਘੰਟਾ ਦੋ ਘੰਟੇ ਮੈਂ ਵੇਸਟ ਕਰਨੇ ਕਿਉਂ। ਬੁੱਧੀ ਓਬਜੈਕਸ਼ਨ ਕਰੇਗੀ, ਹਿਰਦਾ ਓਬਜੈਕਸ਼ਨ ਨਹੀਂ ਕਰਦਾ। ਅਤੇ ਸਾਹਿਬ ਨੇ ਜਦੋਂ ਨਾਮ ਦੀ ਗੱਲ ਕੀਤੀ, ਕਹਿਣ ਲੱਗੇ ਨਾਮ ਬੁੱਧੀ ਵਿੱਚ ਟਿਕ ਹੀ ਨਹੀਂ ਸਕਦਾ, ਹਿਰਦੇ ਵਿੱਚ ਟਿਕੇਗਾ। ਇਸੇ ਕਰਕੇ ਕਿਹਾ, ਕਰ ਕਿਰਪਾ ਵਸੋ ਮੇਰਾ ਹਿਰਦੈ, ਹੋਏ ਸਹਾਈ ਆਪ। ਹਿਰਦੇ ਦੀ ਗੱਲ ਕੀਤੀ ਹੈ, ਜਿਹੜਾ ਸ਼ੱਕ ਹੈ ਉਹ ਬੁੱਧੀ ਵਿੱਚ ਪੈਦਾ ਹੋਏਗਾ, ਸ਼ਰਧਾ ਹਿਰਦੇ ਵਿੱਚ ਪੈਦਾ ਹੋਏਗੀ। ਸੋ ਜਿੱਥੇ ਸ਼ੱਕ ਹੈ, ਜਿੱਥੇ ਸ਼ੱਕ ਹੈ ਉਹ ਕਰਮ ਵੀ ਪ੍ਰਫੁੱਲਤ ਨਹੀਂ ਹੋ ਸਕਦਾ, ਨਾ ਡਰ ਕਰਕੇ, ਨਾ ਸ਼ੱਕ ਕਰਕੇ। ਕਿਉਂਕਿ ਜਿਹੜਾ ਸ਼ੱਕ ਹੈ ਉਹ ਕਰਮ ਨੂੰ ਪ੍ਰਫੁੱਲਤ ਨਹੀਂ ਹੋਣ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਵੀ ਇੱਥੇ ਸ਼ਰਧਾ ਨੇ ਹਿਰਦੇ ਵਿੱਚ ਵਸਣਾ ਹੈ, ਹਿਰਦੇ ਵਿੱਚ ਗੁਣ ਭਰੇ ਜਾਣਗੇ, ਸ਼ਰਧਾ ਪਿਆਰ ਪੈਦਾ ਹੋਏਗੀ। ਅਤੇ ਜਦੋਂ ਗੁਣ ਪੈਦਾ ਹੋਣਗੇ, ਗੁਣਾਂ ਦੇ ਨਾਲ ਭਗਤੀ ਹੋਣੀ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੱਥੇ ਸ਼ੱਕ ਆ ਜਾਂਦਾ ਉੱਥੇ ਗੈਪ ਆ ਜਾਂਦਾ ਹੈ। ਜ਼ਰੂਰੀ ਨਹੀਂ ਵੀ ਧਰਮ ਦੇ ਵਿੱਚ ਸਾਰੇ ਬੰਦਿਆਂ ਕੋਲ ਸ਼ਰਧਾ ਹੈ। ਜ਼ਰੂਰੀ ਨੇ ਜਿੰਨੇ ਗੁਰਦੁਆਰੇ ਆ ਰਹੇ ਨੇ ਸਾਰੇ ਰੱਬ ਨੂੰ ਮੰਨਦੇ ਨੇ, ਕੁਝ ਕੁ ਹੋਣਗੇ ਜਿਹੜੇ ਸ਼ੱਕ ਕਰਦੇ ਨੇ।
ਸ਼ੱਕ ਉਦੋਂ ਪੈਦਾ ਹੁੰਦਾ ਜਦੋਂ ਮੰਗ ਪੂਰੀ ਨਾ ਹੋਏ। ਮੈਂ ਅਰਦਾਸ ਕਰਦਾ ਪਿਆ ਕਰਵਾ ਰਿਹਾ ਹਾਂ, ਪੂਰੀ ਨਹੀਂ ਹੋ ਰਹੀ, ਸ਼ੱਕ ਪੈਦਾ ਹੋ ਜਾਏਗਾ। ਮੈਂ ਰੱਬ ਨੂੰ ਆਖਦਾ ਪਿਆ ਰੱਬਾ ਇਹ ਕਰ, ਉਹ ਮੰਗ ਪ੍ਰਵਾਨ ਨਹੀਂ ਹੋ ਰਹੀ, ਸ਼ੱਕ ਪੈਦਾ ਹੋ ਜਾਏਗਾ। ਕਿਉਂਕਿ ਸ਼ੱਕ ਮਨ ਨੂੰ ਇੰਝ ਹੈ ਜਿਸ ਤਰ੍ਹਾਂ ਇੱਕ ਲਾਟਰੀ ਦਾ ਸਿਸਟਮ ਹੁੰਦਾ ਹੈ। ਜਿਸ ਤਰ੍ਹਾਂ ਹੁਣੇ ਬੇਨਤੀ ਕੀਤੀ ਵੀ ਜ਼ਰੂਰੀ ਨਹੀਂ ਜਿੰਨੇ ਵੀ ਗੁਰਦੁਆਰੇ ਆ ਰਹੇ ਨੇ ਅਰਦਾਸ ਕਰਾ ਰਹੇ ਨੇ ਉਹ ਪੂਰੀ ਸ਼ਰਧਾ ਨਾਲ ਕਰਾ ਰਹੇ, ਨਹੀਂ ਕਿਤੇ ਸ਼ੱਕ ਹੈ। ਜਿਸ ਤਰ੍ਹਾਂ ਲਾਟਰੀ ਬੰਦਾ ਪਾਉਂਦਾ ਉਹ ਕਹਿੰਦਾ ਵੀ ਜੇ ਨਿਕਲ ਗਈ ਤਾਂ ਫਿਰ ਬਾਗੋ ਬਾਗ, ਨਹੀਂ ਨਿਕਲੇ ਤਾਂ ਕੋਈ ਨਹੀਂ, $10 ਨੇ, $5 ਨੇ। ਧਰਮ ਵਿੱਚ ਬੰਦਾ ਕਹਿੰਦਾ ਅਰਦਾਸ ਕਰਾ ਦਿਉ, ਪੂਰੀ ਹੋ ਗਈ ਤਾਂ ਠੀਕ, ਨਹੀਂ ਤਾਂ ਕੋਈ ਨਹੀਂ, $5 ਦੀ ਪਰਚੀ ਕਟਾਈ ਸੀ, $10 ਦੀ ਪਰਚੀ ਕਟਾਈ ਸੀ। ਜਿਸ ਤਰ੍ਹਾਂ ਉਹ ਲਾਟਰੀ ਵਾਲਾ ਸਿਸਟਮ ਦੁਨੀਆ ਵਿੱਚ ਚੱਲਦਾ ਹੈ ਵੀ ਪਾ ਦਿਉ, ਨਿਕਲ ਗਈ ਠੀਕ, ਨਹੀਂ ਨਿਕਲੀ ਕੋਈ ਗੱਲ ਨਹੀਂ, ਅਰਦਾਸ ਕਰਾ ਦਿਉ, ਪਾਠ ਕਰਾ ਦਿਉ, ਜੇ ਤਾਂ ਸੁਣੇਗੀ ਤਾਂ ਫਿਰ ਤਾਂ ਬਹੁਤ ਵਧੀਆ, ਨਹੀਂ ਤਾਂ ਕੋਈ ਗੱਲ ਨਹੀਂ। ਇਹਨੂੰ ਕਹਾਂਗੇ ਵੀ ਧਰਮ ਦੇ ਵਿੱਚ ਵੀ ਲਾਟਰੀ ਵਾਲਾ ਸਿਸਟਮ ਚੱਲਦਾ ਹੈ। ਪਰ ਜਿੱਥੇ ਸਤਿਗੁਰੂ ਕਹਿੰਦੇ ਸ਼ੱਕ ਆ ਗਿਆ, ਸ਼ਰਧਾ ਖਤਮ ਹੋ ਗਈ, ਉਹ ਕਰਮ ਪ੍ਰਫੁੱਲਤ ਹੀ ਨਹੀਂ ਹੋ ਸਕਦਾ। ਤਾਂ ਹੀ ਬਹੁਤੀਆਂ ਸਾਡੀਆਂ ਅਰਦਾਸਾਂ, ਸਾਡੇ ਕਰਾਏ ਪਾਠ ਪ੍ਰਫੁੱਲਤ ਨਹੀਂ ਹੁੰਦੇ। ਕਿਉਂ? ਬਹੁਤੇ ਸ਼ੱਕ ਦੇ ਅਧੀਨ ਨੇ। ਈਸਾਈਅਤ ਵਿੱਚ ਇਹ ਘਟਨਾ ਦਾ ਜ਼ਿਕਰ ਮਿਲਦਾ, ਜੀਸਸ ਦੇ ਕੋਲ ਸ਼ੈਤਾਨ ਆਇਆ, ਸ਼ੈਤਾਨ ਨੇ ਟੈਸਟ ਲੈਣਾ ਚਾਹਿਆ ਜੀਸਸ ਦਾ। ਸ਼ੈਤਾਨ ਕਹਿੰਦਾ ਜੀਸਸ, ਰੱਬ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਫਰਿਸ਼ਤੇ ਭੇਜਦਾ ਹੈ, ਜਦੋਂ ਵੀ ਕੋਈ ਰੱਬ ਦੇ ਪੈਗੰਬਰ ਨੂੰ ਕੋਈ ਦੁੱਖ ਮੁਸੀਬਤ ਆਏ, ਰੱਬ ਕੀ ਕਰਦਾ, ਆਪਣੇ ਫਰਿਸ਼ਤਿਆਂ ਨੂੰ ਭੇਜਦਾ, ਇਹਦੇ ਕਰ ਪਹਾੜ ਤੂੰ ਛਾਲ ਮਾਰ ਦੇ, ਰੱਬ ਦਾ ਫਰਿਸ਼ਤਾ ਤੈਨੂੰ ਬਚਾ ਲਏਗਾ। ਅਤੇ ਜੀਸਸ ਨੇ ਬੜਾ ਸੋਹਣਾ ਜਵਾਬ ਦਿੱਤਾ, ਉਹ ਕਹਿਣ ਲੱਗਾ ਮੈਂ ਮੰਨਦਾ ਹਾਂ ਰੱਬ ਆਪਣੇ ਪੈਗੰਬਰਾਂ ਦੀ ਪੈਜ ਰੱਖਦਾ, ਹੈਲਪ ਕਰਦਾ ਹੈ, ਪਹਾੜ ਤੂੰ ਛਾਲ ਮੈਂ ਤਾਂ ਮਾਰਾਂ ਜੇ ਮੈਨੂੰ ਕੋਈ ਸ਼ੱਕ ਹੋਏ, ਜੇ ਮੈਨੂੰ ਕੋਈ ਸ਼ੱਕ ਹੈ ਤਾਂ ਮੈਂ ਛਾਲ ਮਾਰਾਂਗਾ, ਮੈਨੂੰ 101% ਭਰੋਸਾ ਵੀ ਰੱਬ ਆਪਣੇ ਪੈਗੰਬਰ ਦੀ ਪੈਜ ਰੱਖਦਾ, ਮੈਂ ਛਾਲ ਕਿਉਂ ਮਾਰਾਂ, ਮੈਨੂੰ ਡਾਊਟ ਹੀ ਨਹੀਂ ਹੈਗਾ। ਜਿੱਥੇ ਡਾਊਟ ਹੋਏਗਾ ਬੰਦਾ ਉੱਥੇ ਪਰਖ ਲੈ ਕੇ ਵੇਖਦਾ ਹੈ, ਪਰਖ ਤੇ ਤਾਂ ਲਵਾਂ ਜੇ ਮੈਨੂੰ ਸ਼ੱਕ ਹੈ, ਮੈਨੂੰ ਸ਼ੱਕ ਹੈ ਹੀ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵੀ ਜਿੱਥੇ ਸ਼ੱਕ ਆ ਗਿਆ, ਸ਼ਰਧਾ ਨਹੀਂ ਰਹੀ, ਉਹ ਕਦਮ ਕਰੇ ਕਦੇ ਪ੍ਰਫੁੱਲਤ ਨਹੀਂ ਹੋ ਸਕਦਾ। ਸਾਡੇ ਜ਼ਿਆਦਾਤਰ ਕਰਮ ਜਾਂ ਡਰ ਕਰਕੇ ਨੇ ਜਾਂ ਸ਼ੱਕ ਕਰਕੇ ਨੇ, ਤਾਂ ਹੀ ਧਰਮ ਦੇ ਜਿਹੜੇ ਕਰਮ ਨੇ ਪ੍ਰਫੁੱਲਤ ਨਹੀਂ ਹੋ ਰਹੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਕਹਿਣਗੇ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਵਿੱਚ ਪਿਆਸ ਹੈ ਅਤੇ ਜਿਨ੍ਹਾਂ ਵਿੱਚ ਸ਼ਰਧਾ ਹੈ। ਸਾਹਿਬ ਨੇ ਇੱਥੇ ਨਹੀਂ ਆਖਿਆ ਵੀ ਜਿਨ੍ਹਾਂ ਵਿੱਚ ਸ਼ੱਕ ਹੈ, ਸ਼ਰਧਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਪੌੜੀ ਵਿੱਚ ਕਹਿ ਰਹੇ ਨੇ, ਕਹਿਣ ਲੱਗੇ ਜੇ ਪਿਆਰ ਮੁਹੱਬਤ ਨਹੀਂ, ਸਾਹਿਬ ਕਹਿੰਦੇ ਕਰਮ ਪ੍ਰਫੁੱਲਤ ਨਹੀਂ ਹੋਏਗਾ, ਹਿਰਦੇ ਵਿੱਚ ਪਿਆਰ ਨਹੀਂ, ਗੁਣ ਪੈਦਾ ਨਹੀਂ ਹੋਣਗੇ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਅੱਗੇ ਕਹਿੰਦੇ ਨੇ ਸਵਸਥ, ਸਵਸਥ ਕਹਿੰਦੇ ਨੇ ਰੱਬ ਜੀ ਤੇਰੀ ਜੈ ਹੋਵੇ। ਸਵਸਥ ਆਥ ਬਾਣੀ ਬ੍ਰਹਮਾਓ, ਹੇ ਵਾਹਿਗੁਰੂ ਜੀ ਤੂੰ ਮਾਇਆ ਰੂਪ ਹੈ, ਆਥ ਦਾ ਅਰਥ ਹੈ ਮਾਇਆ, ਬਾਣੀ ਬ੍ਰਹਮਾਓ ਤੂੰ ਬਾਣੀ ਰੂਪ ਹੈ, ਜੋ ਅਸੀਂ ਬੋਲਦੇ ਹਾਂ, ਦੁਨੀਆਂ ਦੇ ਜਿੰਨੇ ਵੀ ਸ਼ਬਦ ਨੇ ਮਾਨੋ ਉਹ ਤੇਰੇ ਵਿੱਚੋਂ ਨਿਕਲੇ ਨੇ। ਬ੍ਰਹਮਾਓ ਦਾ ਅਰਥ ਹੈ ਬ੍ਰਹਮਾ, ਤੂੰ ਹੀ ਮਾਨੋ ਸਾਡੇ ਵਾਸਤੇ ਬ੍ਰਹਮਾ ਦਾ ਰੂਪ ਹੈ, ਭਾਵ ਇਹ ਗੱਲਾਂ ਸਾਰੀਆਂ ਤੇਰੇ ਵਿੱਚ ਨੇ। ਸਵਸਥ ਤੇਰੀ ਜੈ ਹੋਵੇ, ਤੂੰ ਹੀ ਬਾਣੀ ਦਾ ਰੂਪ ਹੈ, ਮਾਇਆ ਦਾ ਰੂਪ ਹੈ, ਸਤ ਸੁਹਾਣ ਤੂੰ ਸੱਚਾ ਹੈ, ਸੁਹਾਣ ਤੂੰ ਬੜਾ ਸੋਹਣਾ ਹੈ, ਸਦਾ ਮਨ ਚਾਓ, ਤੇਰੇ ਮਨ ਵਿੱਚ ਹਮੇਸ਼ਾ ਖੁਸ਼ੀ ਹੈ। ਇੱਥੇ ਸਾਹਿਬ ਕਹਿੰਦੇ ਨੇ ਰੱਬਾ ਤੂੰ ਸੋਹਣਾ ਬਹੁਤ ਹੈ। ਵੇਖਦੇ ਹਾਂ ਜਦੋਂ ਕੋ ਫੁੱਲ ਪੈਦਾ ਹੁੰਦਾ ਹੈ, ਸਮਾਂ ਪਾ ਕੇ ਮੁਰਝਾ ਜਾਂਦਾ, ਜਦੋਂ ਟੁੱਟ ਜਾਏ। ਬੱਚਾ ਜਦੋਂ ਪੈਦਾ ਹੋਇਆ ਬੜਾ ਖੂਬਸੂਰਤ ਹੈ, ਜਵਾਨੀ ਦੇ ਵਿੱਚ, ਬਜ਼ੁਰਗੀ ਦੇ ਵਿੱਚ ਸੁੰਦਰਤਾ ਖਤਮ ਹੋ ਜਾਂਦੀ ਹੈ। ਦੁਨੀਆ ਦੀ ਸੁੰਦਰਤਾ ਕਿਉਂ ਖਤਮ ਹੁੰਦੀ ਹੈ? ਕਿਉਂਕਿ ਦੁਨੀਆ ਸਮੇਂ ਦੇ ਪ੍ਰਭਾਵ ਥੱਲੇ ਹੈ। ਘਰ ਬਣਾਇਆ ਬਹੁਤ ਸੋਹਣਾ ਨਵਾਂ ਹੈ, ਸਮੇਂ ਨੇ ਪੁਰਾਣਾ ਕਰ ਦੇਣਾ ਸੋਹਣਾ ਘਰ ਵੀ, ਉਹ ਵੀ ਫਿਰ ਸੋਹਣਾ ਨਹੀਂ ਲੱਗੇਗਾ। ਕੱਪੜਾ ਨਵਾਂ ਹੈ ਸੋਹਣਾ ਹੈ, ਸਮੇਂ ਦੇ ਅਧੀਨ ਪੁਰਾਣਾ ਹੋ ਜਾਏਗਾ, ਸੋਹਣਾ ਨਹੀਂ ਲੱਗੇਗਾ। ਸ਼ੂ ਲਏ ਨੇ ਬੜੇ ਸੋਹਣੇ ਨੇ, ਚਮਕਦੇ ਨੇ, ਦੁਕਾਨ ਤੋਂ ਜਦੋਂ ਲੈ ਕੇ ਆਉਂਦੇ ਹਾਂ ਸਾਲ ਬਾਅਦ ਪੁਰਾਣੇ ਹੋ ਗਏ ਨੇ, ਚਮਕ ਖਤਮ ਹੋ ਗਈ। ਬੰਦਾ ਵੀ ਚਮਕਦਾ ਜਵਾਨੀ ਵਿੱਚ, ਜਦੋਂ ਇਹ ਚਮਕ ਖਤਮ ਹੋ ਗਈ, ਕਾਰਨ ਕੀ ਹੈ? ਵੀ ਜਿੰਨੀ ਵੀ ਦੁਨੀਆ ਹੈ
ਸਾਰੀ ਸਮੇਂ ਦੇ ਪ੍ਰਭਾਵ ਦੇ ਅਧੀਨ ਹੈ। ਸਮਾਂ ਦੋ ਕੰਮ ਕਰਦਾ, ਚੀਜ਼ ਨੂੰ ਪੁਰਾਣਾ ਕਰਦਾ ਅਤੇ ਤਾਕਤ ਨੂੰ ਘਟਾਉਂਦਾ ਹੈ। ਪਰ ਮਹਾਰਾਜ ਕਹਿੰਦੇ ਰੱਬ ਸੋਹਣਾ ਹੈ, ਕਿਉਂ? ਕਿਉਂਕਿ ਰੱਬ ਉੱਤੇ ਸਮੇਂ ਦਾ ਪ੍ਰਭਾਵ ਹੀ ਨਹੀਂ, ਰੱਬ ਸਮੇਂ ਤੋਂ ਉੱਪਰ ਹੈ। ਮੂਲ ਮੰਤਰ ਵਿੱਚ ਪੜ੍ਹ ਕੇ ਆਏ ਅਕਾਲ ਮੂਰਤ, ਅਕਾਲ ਮੂਰਤ ਦਾ ਅਰਥ ਰੱਬ ਦੀ ਹਸਤੀ ਅਤੇ ਸਮੇਂ ਦਾ ਪ੍ਰਭਾਵ ਹੀ ਨਹੀਂ। ਮੂਰਤ ਦਾ ਮੀਨਿੰਗ ਮੂਰਤੀ ਨਹੀਂ, ਹਸਤੀ, ਹੋਂਦ, ਐਗਜ਼ਿਸਟੈਂਸ। ਸਾਹਿਬ ਕਹਿੰਦੇ ਨੇ ਰੱਬ ਦੀ ਹਸਤੀ ਅਤੇ ਸਮੇਂ ਦਾ ਪ੍ਰਭਾਵ ਨਹੀਂ, ਨਾ ਰੱਬ ਜੰਮਿਆ, ਨਾ ਮਰੇਗਾ, ਨਾ ਬੁੱਢਾ, ਨਾ ਜਵਾਨ, ਕਿਉਂਕਿ ਰੱਬ ਸਮੇਂ ਤੋਂ ਉੱਪਰ। ਇਸ ਕਰਕੇ ਰੱਬ ਦੀ ਸੁੰਦਰਤਾ ਕਦੇ ਖਤਮ ਨਹੀਂ ਹੋਈ। ਸਤ ਸੁਹਾਣ ਸਦਾ ਮਨ ਚਾਓ, ਇਸੇ ਕਰਕੇ ਬਾਣੀ ਨੇ ਆਖਿਆ ਤੇਰਾ ਥਾਨ ਸੁਹਾਵਾ, ਰੂਪ ਸੁਹਾਵਾ। ਰੱਬ ਜੀ ਤੇਰਾ ਥਾਂ ਵੀ ਸੋਹਣਾ, ਰੂਪ ਵੀ ਸੋਹਣਾ, ਤੇਰੇ ਭਗਤ ਸੋਹੈ ਦਰਬਾਰੇ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਮਹਾਰਾਜ ਕਹਿੰਦੇ ਨੇ ਵੀ ਰੱਬ ਨਿਤ ਨਵਾਂ ਹੈ, ਦਾਤਾਂ ਦੇਣ ਦੇ ਵਿੱਚ, ਰੂਪ ਦੇ ਵਿੱਚ। ਰੱਬ ਕਦੇ ਪੁਰਾਣਾ ਨਹੀਂ ਹੋਇਆ, ਰੱਬ ਦੀ ਸੁੰਦਰਤਾ ਕਦੇ ਖਤਮ ਨਹੀਂ ਹੋਈ। ਅਤੇ ਬਾਣੀ ਦੇ ਵਿੱਚ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿਹੜੇ ਅੰਦਰ ਦੀ ਸੁੰਦਰਤਾ ਬਣਾਉਣਾ ਚਾਹੁੰਦੇ ਨੇ, ਮਨ ਦੀ ਸੁੰਦਰਤਾ ਰੱਬ ਦੇ ਨਾਲ ਜੁੜ ਜਾਣ, ਰੱਬ ਦੇ ਵਿੱਚ ਕੁਆਲਿਟੀ ਸੁਹੱਪਨ ਹੈ, ਬਿਊਟੀ ਹੈ, ਉਹ ਸਾਡੇ ਜੀਵਨ ਦੇ ਵਿੱਚ ਆਏਗੀ, ਤਨ ਉੱਤੇ ਨਹੀਂ ਮਨ 'ਤੇ ਆਏਗੀ। ਸਤਿਗੁਰੂ ਕਹਿੰਦੇ ਮਨ ਹਮੇਸ਼ਾ ਫਿਰ ਸੋਹਣਾ ਰਹੇਗਾ। ਸਤ ਸੁਹਾਣ ਸਦਾ ਮਨ ਚਾਓ, ਸਤਿਗੁਰ ਕਿਰਪਾ ਕਰਨ। ਇਹ ਜਿਹੜੀ ਪੌੜੀ ਹੈ, ਇਹਦੀ ਵਿਚਾਰ ਆਪਾਂ ਨੇ ਦੋ ਭਾਗਾਂ ਦੇ ਵਿੱਚ ਕਰਨੀ ਹੈ, ਕਿਉਂਕਿ ਪੌੜੀ ਲੰਬੇਰੀ ਹੈ। ਇੱਕੋ ਵਾਰੀ ਜੇ ਵਿਚਾਰ ਕਰਾਂਗੇ ਫਿਰ ਸਹੀ ਤਰੀਕੇ ਨਾਲ ਖੁੱਲ੍ਹ ਕੇ ਵਿਚਾਰ ਨਹੀਂ ਹੋ ਸਕੇਗੀ। ਇੱਥੋਂ ਤੱਕ ਆਪਾਂ ਸੰਕੋਚਦੇ ਹਾਂ, ਬਾਕੀ ਜਿਹੜੀ ਅਗਲੀ ਵਿਚਾਰ ਹੈ ਉਹ ਆਪਾਂ ਅਗਲੇ ਦੀਵਾਨ ਦੇ ਵਿੱਚ ਕਰਾਂਗੇ। ਇੱਥੋਂ ਤੱਕ ਤਿੰਨ ਜਿਹੜੀਆਂ ਸਿੱਖਿਆਵਾਂ ਨੇ ਇਸ ਪੌੜੀ ਦੇ ਵਿੱਚੋਂ ਝਲਕਦੀਆਂ ਨੇ। ਪਹਿਲੇ ਨੰਬਰ 'ਤੇ ਸਮਰਪਣ ਕਰਨਾ, ਕਿਤਨਾ ਕੁ ਕਰਨਾ, 100%, 101%। ਨੰਬਰ 2 'ਤੇ ਪਿਆਰ ਦੇ ਨਾਲ ਇਬਾਦਤ ਕਰਨੀ, ਸਾਡੇ ਜਿੰਨੇ ਵੀ ਕਰਮ ਨੇ ਉਹ ਸ਼ੱਕ ਦੇ ਅਧੀਨ, ਡਰ ਦੇ ਅਧੀਨ ਨਹੀਂ ਹੋਣੇ ਚਾਹੀਦੇ। ਸ਼ਰਧਾ ਨੂੰ ਧਾਰਨ ਕਰਨਾ, ਸ਼ਰਧਾ ਅੰਨੀ ਨਾ ਹੋਏ। ਸਵਾਮੀ ਵਿਵੇਕਾਨੰਦ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਫੇਥ ਦੀ ਬਹੁਤ ਕਰਦੇ ਹੋ, ਫੇਥ ਕਿਵੇਂ ਦਾ ਹੋਏ? ਕਹਿਣ ਲੱਗੇ ਫੇਥ ਹੋਣਾ ਚਾਹੀਦਾ ਪਰ ਬਲਾਈਂਡ ਫੇਥ ਨਾ ਹੋਏ। ਜਿੱਥੇ ਬਲਾਈਂਡ ਫੇਥ ਆ ਗਿਆ, ਬਲਾਈਂਡ ਫੇਥ ਬੰਦੇ ਨੂੰ ਤੋੜ ਕੇ ਰੱਖੇਗਾ ਪਰ ਉਹ ਬੰਦਾ ਕਿਤੇ ਪਹੁੰਚੇਗਾ ਨਹੀਂ। ਜਿਸ ਤਰ੍ਹਾਂ ਅੰਨਾ ਬੰਦਾ ਹੈ, ਲੱਤਾਂ ਤਾਂ ਉਹਦੇ ਕੋਲ ਹੈ ਨੇ, ਤੁਰ ਸਕਦਾ ਹੈ ਅੰਨਾ ਬੰਦਾ, ਪਰ ਅੰਨਾ ਬੰਦਾ ਕਦੇ ਮੰਜ਼ਿਲ 'ਤੇ ਪਹੁੰਚ ਨਹੀਂ ਸਕਦਾ। ਜਦੋਂ ਵੀ ਉਹਨੇ ਮੰਜ਼ਿਲ 'ਤੇ ਪਹੁੰਚਣਾ, ਦੂਜੇ ਦਾ ਸਹਾਰਾ ਲੈਣਾ ਪਏਗਾ। ਅੰਨੀ ਸ਼ਰਧਾ ਬੰਦੇ ਨੂੰ ਤੋੜ ਕੇ ਤਾਂ ਰੱਖੇਗੀ, ਬੰਦਾ ਕਰਮ ਕਰੀ ਜਾਏਗਾ, ਪਰ ਅੰਨੀ ਸ਼ਰਧਾ ਬੰਦੇ ਨੂੰ ਕਿਸੇ ਡੈਸਟੀਨੇਸ਼ਨ 'ਤੇ ਨਹੀਂ ਲੈ ਕੇ ਜਾਏਗੀ। ਇਸ ਕਰਕੇ ਸਾਹਿਬ ਨੇ ਜਦੋਂ ਵੀ ਗੱਲ ਕੀਤੀ ਉਹ ਸ਼ਰਧਾ ਦੀ ਕੀਤੀ, ਅੰਨੀ ਸ਼ਰਧਾ ਦੀ ਨਹੀਂ ਕੀਤੀ। ਜਦੋਂ ਅੰਨੀ ਸ਼ਰਧਾ ਆ ਜਾਏਗੀ ਤਾਂ ਅੰਨੀ ਸ਼ਰਧਾ ਵਿੱਚੋਂ ਕੀ ਪੈਦਾ ਹੋਏਗਾ? ਬੰਦਾ ਫਿਰ ਹਰੇਕ ਨੂੰ ਮੱਥਾ ਟੇਕ ਦੇਗਾ, ਜਣੇ ਖਾਣੇ ਨੂੰ, ਪੱਥਰ ਨੂੰ ਵੀ ਮੱਥਾ ਟੇਕ ਦੇਗਾ, ਫਿਰ ਧਾਗੇ ਨੂੰ ਵੀ ਬੰਨ ਲਏਗਾ, ਕਿਉਂਕਿ ਸ਼ਰਧਾ ਦੇ ਵਿੱਚ ਅੰਨਾਪਨ ਆ ਗਿਆ। ਫੇਥ ਹੋਏ, ਬਲਾਈਂਡ ਫੇਥ ਨਾ ਹੋਈ। ਸਤਿਗੁਰ ਕਿਰਪਾ ਕਰਨ। ਬਾਕੀ ਜਿਹੜੀ ਵਿਚਾਰ ਹੈ ਉਹ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਕਰਾਂਗੇ। ਸੋ ਆਪਾਂ ਹੁਣ ਦੋ ਤੁਕਾਂ ਪੜ੍ਹ ਕੇ ਅਤੇ ਸਮਾਪਤੀ ਕਰੀਏ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇ ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਵਿਣ ਗੁਣ ਕੀਤੇ ਭਗਤ ਨ ਹੋਏ, ਵਿਣ ਗੁਣ ਕੀਤੇ ਭਗਤ ਨ ਹੋਏ, ਵਿਣ ਗੁਣ ਵਿਣ ਗੁਣ ਕੀਤੇ ਭਗਤ ਨ ਹੋਏ, ਵਿਣ ਗੁਣ ਕੀਤੇ ਭਗਤ ਨ ਹੋਏ, ਵਿਣ ਗੁਣ ਸਭ ਗੁਣ ਤੇ
ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਨਾਹੀਂ ਕੋਏ। ਸਤਿਗੁਰ ਕਿਰਪਾ ਕਰਨ, ਮਿਹਰਾਮਤ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸੋ ਅੰਤ ਵਿੱਚ ਬੇਨਤੀ ਹੈ, ਜੋ ਇਹ ਕਥਾ ਹੁੰਦੀ ਹੈ ਇਹ ਰਿਕਾਰਡ ਕਰਕੇ ਯੂਟਿਊਬ ਦੇ ਉੱਤੇ ਪਾਈ ਜਾਂਦੀ ਹੈ। ਸੋ ਆਪ ਜੀ ਸੈਂਟਰ ਸਿੱਖ ਗੁਰਦੁਆਰਾ ਬੌੜ ਦੇ ਚੈਨਲ 'ਤੇ ਜਾ ਕਰਕੇ ਆਪ ਜੀ ਇਹ ਕਥਾ ਸੁਣ ਸਕਦੇ ਹੋ, ਕਿਉਂਕਿ ਜਿਹੜੇ ਮਿਸ ਕਰ ਜਾਂਦੇ ਨੇ ਲਿੰਕ ਵੀ ਭੇਜਿਆ ਜਾਂਦਾ ਹੈ। ਸੋ ਇਹ ਯੂਟਿਊਬ ਦੇ ਉੱਤੇ ਚੈਨਲ ਹੈ ਸੈਂਟਰ ਸਿੱਖ ਗੁਰਦੁਆਰਾ ਬੋਰਡ, ਇੱਥੇ ਜਾ ਕੇ ਆਪ ਜੀ ਸਰਵਨ ਕਰ ਸਕਦੇ ਹੋ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।